ਸਾਸਰੇ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ Exam Job Hub ਦੇ ਵਿੱਚ ਤੇ ਦੋਸਤੋ ਇਸ ਵੀਡੀਓ ਦੇ ਵਿੱਚ ਇੱਕ ਬਹੁਤ ਵੱਡੀ ਅਪਡੇਟ ਲੈ ਕੇ ਆ ਚੁੱਕਿਆ ਹਾਂ ਜੀ ਤੇ ਦੋਸਤੋ ਅਪਡੇਟ ਹੈ FCI ਵਾਚਮੈਨ ਦੇ ਬਾਰੇ ਤੇ ਇਸ ਦੇ ਜੋ ਕਿ ਐਡਮਿਟ ਕਾਰਡ ਡਾਊਨਲੋਡ ਹੋਣਾ ਸ਼ੁਰੂ ਹੋ ਚੁੱਕੇ ਹਨ ਤੇ ਇਸ ਦੀ ਵੈਬਸਾਈਟ ਤੇ ਜਦੋਂ ਤੁਸੀਂ ਵਿਜ਼ਿਟ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਇੱਕ ਹੋਰ ਨਵਾਂ ਨੋਟਿਸ ਜੋ ਕਿ ਇਸ ਦਾ ਜਾਰੀ ਹੋ ਚੁੱਕਿਆ ਹੈ ਤੇ ਅੱਜ ਸਿਰਫ ਗੱਲ ਕਰਾਂਗੇ ਕਿ ਤੁਸੀਂ ਜੋ ਆਪਣੇ ਐਡਮਿਟ ਕਾਰਡ ਹੈ ਉਸ ਨੂੰ ਕਿਵੇਂ ਡਾਊਨਲੋਡ ਕਰ ਸਕਦੇ ਹੋ ਫਿਜ਼ੀਕਲ ਵਾਸਤੇ ਤੇ ਇਸ ਦੇ ਫਿਜ਼ੀਕਲ ਜੋ ਕਿ 19 ਤਰੀਕ ਤੋਂ ਸ਼ੁਰੂ ਹੋ ਰਹੇ ਹਨ ਤੇ ਦੋਸਤੋ ਚਲਦੇ ਹਾਂ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੇ ਉਸ ਤੋਂ ਪਹਿਲਾਂ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੇਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤੇ ਦੋਸਤੋ ਇੱਥੇ ਤੁਸੀਂ ਥੱਲੇ ਆ ਜਾਣਾ ਹੈ ਸਕਰੋਲ ਕਰਕੇ ਤੇ ਇੱਥੇ ਤੁਸੀਂ ਸਭ ਤੋਂ ਪਹਿਲਾਂ ਆਪਣਾ ਰਜਿਸਟ੍ਰੇਸ਼ਨ ਨੰਬਰ ਤੇ ਪਾਸਵਰਡ ਨੂੰ ਭਰਨਾ ਹੈ ਫਿਰ ਕੈਪਚਾ ਨੂੰ ਇੱਥੇ ਭਰਨਾ ਹੈ ਤੇ ਮੈਂ ਤੁਹਾਨੂੰ ਦੱਸਾਂਗਾ ਕਿ ਤੁਹਾਡਾ ਜੋ ਕਿ ਫਿਜ਼ੀਕਲ ਟੈਸਟ ਹੈ ਉਹ ਕਦੋਂ ਤੱਕ ਲਿਆ ਜਾਵੇਗਾ ਤੇ ਬਾਕੀ ਦੀ ਇਨਸਟਰਕਸ਼ਨ ਇਸ ਦੇ ਵਾਸਤੇ ਕੀ ਹੋਣਗੀਆਂ ਤੇ ਚੱਲਦੇ ਹਾਂ ਭਰਦੇ ਹਾਂ ਇਸ ਦਾ ਰਜਿਸਟ੍ਰੇਸ਼ਨ ਨੰਬਰ ਤੇ ਪਾਸਵਰਡ ਨੂੰ ਤੇ ਦੋਸਤੋ ਇਸ ਸਾਰੇ ਡਿਟੇਲ ਨੂੰ ਅਸੀਂ ਇੱਥੇ ਭਰ ਦਿੱਤਾ ਹੈ ਤੇ ਚੱਲਦੇ ਹਾਂ ਲੌਗਇਨ ਤੇ ਕਲਿੱਕ ਕਰਦੇ ਹਾਂ ਇਸ ਤੋਂ ਪਹਿਲਾਂ ਜਦੋਂ ਤੁਸੀਂ ਇੱਥੇ ਲੌਗਇਨ ਕਰਦੇ ਹੋਵੋਗੇ ਤਾਂ ਤੁਹਾਨੂੰ ਇੱਥੇ ਇੱਕ ਰੈਟਿਕੂਲਰ ਦਾ 에ਰਰ ਸ਼ੋ ਕਰਦਾ ਹੋਵੇਗਾ ਤੇ ਅੱਜ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਲੌਗਇਨ ਸਕਸੈਸਫੁਲੀ ਇਸ ਦਾ ਹੋ ਚੁੱਕਿਆ ਹੈ ਤੇ ਇੱਥੇ ਤੁਸੀਂ ਆ ਜਾਣਾ ਹੈ ਤੇ ਫਿਰ ਤੁਸੀਂ ਇੱਥੇ ਦੇਖੋਗੇ ਕਿ ਇੱਕ ਡਾਊਨਲੋਡ ਫਾਰਮ ਹੈ ਤੇ ਇੱਕ ਜਨਰੇਟ ਐਡਮਿਟ ਕਾਰਡ ਹੈ ਸਭ ਤੋਂ ਪਹਿਲਾਂ ਤੁਸੀਂ ਜਨਰੇਟ ਐਡਮਿਟ ਕਾਰਡ ਤੇ ਜੋ ਕਿ ਕਲਿੱਕ ਕਰੋਗੇ ਤੇ ਦੋਸਤੋ ਇਸ ਸਾਰੇ ਲਿੰਕ ਦਾ ਤੁਹਾਨੂੰ ਸਾਡੇ ਟੈਲੀਗ੍ਰam ਚੈਨਲ ਤੇ ਮਿਲ ਜਾਵੇਗਾ ਤੇ ਤੁਸੀਂ ਉਥੋਂ ਇਸ ਪੇਜ ਤੇ ਵਿਜ਼ਿਟ ਕਰਕੇ ਇਸ ਸਾਈਟ ਤੇ ਆ ਸਕਦੇ ਹੋ ਤੇ ਆਪਣੇ ਐਡਮਿਟ ਕਾਰਡ ਨੂੰ ਡਾਊਨਲੋਡ ਕਰ ਸਕਦੇ ਹੋ ਤੇ ਦੋਸਤੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਐਡਮਿਟ ਕਾਰਡ ਸਾਡਾ ਡਾਊਨਲੋਡ ਹੋ ਚੁੱਕਿਆ ਹੈ ਤੇ 19 ਤਰੀਕ ਤੋਂ ਇਹਨਾਂ ਦੇ ਜੋ ਕਿ ਫਿਜ਼ੀਕਲ ਟੈਸਟ ਸ਼ੁਰੂ ਹੋਣ ਵਾਲੇ ਹਨ ਤੇ ਇਸ ਦਾ ਜੋ ਕਿ ਕੈਂਡੀਡੇਟ ਮੈਂ ਤੁਹਾਨੂੰ ਦੱਸ ਰਿਹਾ ਇਸ ਦਾ 20 ਤਰੀਕ ਇਸ ਦਾ ਫਿਜ਼ੀਕਲ ਟੈਸਟ ਹੋਣ ਵਾਲਾ ਹੈ ਤੇ ਵੈਨਿਊ ਕਿੱਥੇ ਹੈ ਇੱਥੇ ਦੇਖ ਸਕਦੇ ਹੋ ਪੋਰਟਸ ਕੰਪਲੈਕਸ ਸੈਕਟਰ 46 ਚੰਡੀਗੜ੍ਹ ਵਿਖੇ ਤੁਸੀਂ ਆਪਣਾ ਜੋ ਕਿ ਫਿਜ਼ੀਕਲ ਦੇਣ ਵਾਸਤੇ ਜਾਣਾ ਹੈ ਤੇ ਰਿਪੋਰਟਿੰਗ ਟਾਈਮ ਇੱਥੇ ਦੇਖ ਸਕਦੇ ਹੋ ਸਵੇਰੇ 7 ਵਜੇ ਦਾ ਹੈ ਤੇ ਐਂਟਰੀ ক্লোਜ਼ ਇਸ ਦੀ 8:30 ਵਜੇ ਤੱਕ ਇਸ ਦੀ ਜੋ ਕਿ ਐਂਟਰੀ ক্লোਜ਼ ਹੋ ਜਾਵੇਗੀ ਤੇ ਪੋਸਟ ਕਿਹੜੀ ਹੈ ਵਾਚਮੈਨ ਬਸਤੇ ਹੈ ਜੋ ਕਿ ਪੰਜਾਬ ਵਾਸਤੇ ਨਿਕਲੀ ਸੀ ਤੇ ਇੱਥੇ ਕੈਂਡੀਡੇਟ ਦੀ ਜੋ ਕਿ ਡਿਟੇਲ ਹੈ ਤੇ ਇੱਥੇ ਫੋਟੋ ਦੇ ਨਾਲ ਤੁਸੀਂ ਇਸ ਦੀ ਸੇਮ ਹੀ ਫੋਟੋ ਨੂੰ ਜੋ ਪੇਸਟ ਕਰਨਾ ਹੈ ਇੱਥੇ ਥੱਲੇ ਲਿਖਿਆ ਵੀ ਹੋਵੇਗਾ ਕਿ ਜਿਹੜੀ ਤੁਸੀਂ ਫੋਟੋ ਤੁਹਾਡੇ ਐਡਮਿਟ ਕਾਰਡ ਤੇ ਹੈ ਉਹੀ ਜੋ ਸੇਮ ਫੋਟੋ ਹੈ ਤਾਂ ਸੀ ਇਥੇ ਪੇਸਟ ਕਰਨੇ ਹੈ ਉਸ ਤੋਂ ਬਾਅਦ ਹੋਰ ਇਨਸਟਰਕਸ਼ਨ ਦੀ ਗੱਲ ਕਰੀਏ ਤਾਂ ਇਥੇ ਤੁਸੀਂ ਆਪਣਾ ਥੰਬ 임ਪ੍ਰੈਸ਼ਨ ਸਿਗਨੇਚਰ ਸਿਗਨੇਚਰ ਲੈਫਟ ਥੰਬ ਦੇ ਤੁਸੀਂ ਕਰਨੇ ਹੈ ਤੇ ਇਹ ਤੁਸੀਂ ਉਦੋਂ ਹੀ ਕਰਨੇ ਹਨ ਜਦੋਂ ਤੁਸੀਂ ਫਿਜ਼ੀਕਲ ਟੈਸਟ ਦੇ ਵਿੱਚ ਜੋ ਕਿ ਉੱਥੇ ਪਹੁੰਚ ਕੇ ਕਰਨੇ ਹੋਣਗੇ ਤੁਹਾਨੂੰ ਉਸ ਤੋਂ ਬਾਅਦ ਇੰਪੋਰਟੈਂਟ ਇਨਸਟਰਕਸ਼ਨ ਫਾਰ ਦੀ ਕੈਂਡੀਡੇਟ ਜਾਨਕਿ ਤੁਸੀਂ ਮਾਸਕ ਨੂੰ ਜ਼ਰੂਰ ਨਾਲ ਲੈ ਕੇ ਜਾਣਾ ਹੈ ਇਥੇ ਦੱਸਿਆ ਗਿਆ ਹੈ ਉਸ ਤੋਂ ਬਾਅਦ ਹੋਰ ਇਥੇ ਦੱਸਣਾ ਚਾਹਾਂਗਾ ਇੱਥੇ ਤੁਸੀਂ ਮੇਨ ਇੱਥੇ ਗੱਲ ਦੇਖ ਸਕਦੇ ਹੋ ਕਿ ਜਿਹੜੇ ਕੈਂਡੀਡੇਟ ਪੀਈਟੀ ਦੇ ਵਿੱਚ ਭਾਗ ਲੈ ਰਹੇ ਹਨ ਉਹਨਾਂ ਨੂੰ ਜੋ ਕਿ ਆਪਣਾ ਸਿਵਲ ਹਸਪੀਟਲ ਤੋਂ ਫਿਟਨੈਸ ਸਰਟੀਫਿਕੇਟ ਜਾਨੇ ਕਿ ਉਸ ਦਾ ਮੈਡੀਕਲ ਸਰਟੀਫਿਕੇਟ ਤੁਹਾਨੂੰ ਨਾਲ ਲੈ ਜਾਣਾ ਬਹੁਤ ਜ਼ਰੂਰੀ ਹੈ ਉਸ ਤੋਂ ਬਿਨਾਂ ਤੁਹਾਨੂੰ ਇੱਥੇ ਐਂਟਰੀ ਨਹੀਂ ਦਿੱਤੀ ਜਾਵੇਗੀ ਇੱਥੇ ਸਾਫ਼-ਸਾਫ਼ ਲਿਖਿਆ ਹੈ ਤੇ ਤੁਸੀਂ ਆਪਣਾ ਐਡਮਿਟ ਕਾਰਡ ਨੂੰ ਵੀ ਇੱਥੇ ਜ਼ਰੂਰ ਨਾਲ ਲੈ ਕੇ ਜਾਣਾ ਹੈ ਫੋਟੋਕਾਪੀ ਦਾ ਸਕੈਨ ਕੀ ਕੋਈ ਕਾਪੀ ਇੱਥੇ ਨਹੀਂ ਲੱਗਣ ਵਾਲੀ ਤੁਸੀਂ ਜਿਹੜਾ ਪ੍ਰਿੰਟ ਆਊਟ ਹੈ ਉਸ ਨੂੰ ਹੀ ਜੋ ਕਿ ਕਢਵਾ ਕੇ ਲੈ ਕੇ ਜਾਣਾ ਹੈ ਆਪਣਾ ਸਾਰਾ ਕੁਝ ਤੁਸੀਂ ਬੈਗ, ਪਾਣੀ ਬੋਤਲ, ਸਮਗ ਖਾਣ ਵਾਲੀ ਸਮਗਰੀ ਦੀ ਡਿਟੇਲ ਤੁਸੀਂ ਇੱਥੇ ਚੈੱਕ ਕਰ ਹੀ ਸਕਦੇ ਹੋ ਤੇ ਇਸ ਤੋਂ ਬਾਅਦ ਇਹ ਤੁਹਾਡਾ ਕਰੋਨਾ ਵਾਇਰਸ ਦਾ ਜੋ ਸਰਟੀਫਿਕੇਟ ਹੈ ਇਸ ਨੂੰ ਤੁਸੀਂ ਖੁਦ ਭਰਨਾ ਹੈ ਇਹ ਵੀ ਤੁਹਾਨੂੰ ਨਿਕਲਵਾਣਾ ਪੈਣਾ ਹੈ ਤੇ ਦੋਸਤੋ ਇੱਕ ਹੋਰ ਇਸਦੀ ਮੇਨ ਜ਼ਰੂਰੀ ਗੱਲ ਇੱਥੇ ਜਦੋਂ ਤੁਸੀਂ ਐਡਮਿਟ ਕਾਰਡ ਨੂੰ ਡਾਊਨਲੋਡ ਕਰੋਗੇ ਤਾਂ ਇੱਥੇ ਇੱਕ ਜਨਰੇਟ ਐਡਮਿਟ ਕਾਰਡ ਦਾ ਆਪਸ਼ਨ ਹੋਵੇਗਾ ਤੇ ਦੂਜਾ ਤੁਹਾਨੂੰ ਇੱਥੇ ਡਾਊਨਲੋਡ ਫਾਰਮ ਦਾ ਜੋ ਕਿ ਆਪਸ਼ਨ ਹੋਵੇਗਾ ਤੁਸੀਂ ਇਸ ਨੂੰ ਵੀ ਜੋ ਪ੍ਰਿੰਟ ਆਊਟਰ ਲਾ ਕਰਵਾ ਕੇ ਆਪਣੇ ਨਾਲ ਲੈ ਕੇ ਜਾਣਾ ਹੋਵੇਗਾ ਕਿਉਂਕਿ ਜਿਹੜਾ ਤੁਸੀਂ ਫਾਰਮ ਭਰੇ ਹੋਵੇਗਾ ਉਸ ਨੂੰ ਵੀ ਇਹ ਚੈੱਕ ਕਰਨਗੇ ਤੁਹਾਡੀ ਜੋ ਕਿ ਡਾਕੂਮੈਂਟ ਵਿੱਚ ਇਸਦੀ ਵੀ ਜੋ ਕਿ ਇੱਕ ਪ੍ਰਿੰਟ ਆਊਟਰ ਲੱਗਣ ਵਾਲਾ ਹੈ ਤੇ ਆਪਣੇ ਸਾਰੇ ਤੁਹਾਡੇ origignal ਡਾਕੂਮੈਂਟ 10th ਪਾਸ ਜਾਂ 8th ਦਾ ਕਿਉਂਕਿ 8th ਵਧੀਆ ਦੀ ਇਹ ਪਰティ ਹੈ ਆਉਣ ਸਾਰਿਆਂ ਨੂੰ Ориਜਨਲ ਡਾਕੂਮੈਂਟ ਤੇ ਆਪਣੀ ਉਸ ਦੀ ਇੱਕ ਇੱਕ ਜ਼ੀਰੋਕਸ ਕਾਪੀ ਜ਼ਰੂਰ ਲੈ ਕੇ ਜਾਣੀ ਹੈ ਤੇ ਪਾਸਪੋਰਟ ਸਾਈਜ਼ ਫੋਟੋ ਨੂੰ ਵੀ ਤੁਸੀਂ ਨਾਲ ਲੈ ਕੇ ਜਾਣਾ ਹੈ ਤੇ ਆਈ ਹੋਪ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਊਗੀ ਦੋਸਤੋ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਤੇ ਮਿਲਦੇ ਹਾਂ ਕਿਸੇ ਹੋਰ ਨੈਕਸਟ ਵੀਡੀਓ ਦੇ ਵਿੱਚ ਜੈਹਨ ਜਵਾਰ